ਅਸਲਾਮ ਵਾਲੇਕੁਮ ਗਾਈਜ਼, ਕੀ ਹਾਲ ਹੈ ਸਾਰੇ ਵੀਰਾਂ ਭਰਾਵਾਂ? ਠੀਕ ਠਾਕ ਹੋ ਜੀ? ਉਮੀਦ ਕਰਦਾ ਸਾਰੇ ਵੀਰ ਭਰਾ ਅੱਲਾ ਦੇ ਫਜ਼ਲੋ ਕਰਮ ਨਾਲ ਠੀਕ ਠਾਕ ਹੋਣਗੇ, ਖੁਸ਼ਬਾਸ਼ ਹੋਣਗੇ। ਬਹੁਤ ਹੀ ਦੇਰ ਬਾਅਦ ਆਪਣਾ ਵਲੋਗ ਆਇਆ ਜੀ। ਮੈਂ ਕਿਹਾ ਚਲੋ ਅੱਜ ਤੁਹਾਨੂੰ ਵਲੋਗ ਸੈਂਡ ਕਰ ਹੀ ਦਈਏ। ਆ ਚੱਲਿਆ ਜੀ ਕਾਲੀ ਨੂੰ ਵੇਖਣ। ਬਹੁਤ ਦੇਰ ਹੋ ਗਈ ਸੀ, ਬਹੁਤ ਹੀ ਦੇਰ, 2-3 ਮਹੀਨੇ ਹੋ ਗਏ ਨੇ ਕਾਲੀ ਨੂੰ ਵੇਖਿਆ ਨਹੀਂ। ਅਤੇ ਅੱਜ ਕਾਲੀ ਨੂੰ ਵੇਖਦੇ ਹਾਂ ਜਾ ਕੇ ਡੇਰੇ 'ਤੇ, ਉਸ ਤੋਂ ਬਾਅਦ ਥੋੜ੍ਹਾ ਬਹੁਤਾ ਸ਼ੋਅ ਕਰਦੇ ਹਾਂ ਕੁੱਤਿਆਂ ਦਾ। ਤੁਹਾਨੂੰ 2 ਲੱਖਿਆ ਵੀ ਵਿਖਾਉਂਦੇ ਹਾਂ ਅੱਜ। ਬਹੁਤ ਦਿਨਾਂ ਬਾਅਦ ਜਾਣਾ ਅੱਜ, ਅਤੇ ਤੁਹਾਨੂੰ ਨਾਲ ਦੀ ਨਾਲ ਹੀ ਅਪਡੇਟ ਦਿੰਦੇ ਰਹਾਂਗੇ। ਉਸ ਤੋਂ ਬਾਅਦ ਲੱਡੂ ਦੀ ਵੀ ਥੋੜ੍ਹੀ ਬਹੁਤੀ ਹੈਗੀ, ਤੁਹਾਨੂੰ ਵਿਖਾਉਂਦੇ ਹਾਂ ਕੀ ਬਣਦਾ ਕੀ ਨਹੀਂ। ਲੱਡੂ ਵੀ ਹੈਗਾ ਉੱਥੇ, ਲੱਡੂ ਦੀ ਵੀ ਤੁਹਾਨੂੰ ਸੂਰਤ ਹਾਲ ਵਿਖਾਉਂਦੇ ਹਾਂ ਵੀ ਕੀ ਹਿਸਾਬ ਦਾ ਹੁੰਦਾ ਵੀ। ਚਲ ਚਲ ਮਾਰਾਂਗਾ ਤੈਨੂੰ। ਲੱਡੂ ਲੱਡੂ ਖੜਾ ਖੜਾ ਆਇਆ ਖੜਾ। ਪਿੱਛੇ ਰਹੋ ਤੁਸੀਂ, ਖੜਾਇਆ ਖੜਾ, ਗਰਮੀ ਨਹੀਂ ਲੱਗ ਰਹੀ। ਕਾਲੀ ਵੇਲੇ ਜਾਂਦੇ ਹਾਂ, ਹੁਣ ਕਾਲੀ ਵਿਖਾਉਂਦੇ ਹਾਂ ਤੁਹਾਨੂੰ। ਕਾਲੀ ਪੁੱਤਰ, ਕਾਲੀ ਚੱਕਰ ਬਸ, ਚੁੱਪ, ਮਾਰਾਂਗਾ ਤੈਨੂੰ। ਕੀ ਆ ਰਿਹਾ ਕਾਲੀ ਚੱਕਰ ਜੀ, ਮਾਸ਼ਾਅੱਲਾ ਫਿੱਟ ਫਾਟ। ਬਸ ਬਹੁਤ ਗਰਮੀ ਹੈ ਇੱਥੇ, ਭੜਾਸ ਬਹੁਤ ਹੈ। ਹੁਣ ਅਸੀਂ ਚਾਹ ਰਹੇ ਹਾਂ ਘਰ, ਬਸ ਇੰਨਾ ਕੁ ਵਿਜ਼ਿਟ ਹੁੰਦਾ, ਹੋਰ ਕੁਛ ਨਹੀਂ।